ਜਦੋਂ ਅਸੀਂ ਕਲਾਕਾਰ ਬਣ ਜਾਂਦੇ ਹਾਂ ਨਾ, ਇੰਡਸਟਰੀ 'ਚ ਬਥੇਰੀ ਵਾਰੀ ਚੀਜ਼ਾਂ ਇੱਦਾਂ ਹੁੰਦੀਆਂ ਵੀ ਕੁਛ ਕਲਾਕਾਰ ਵਾਸਤੇ ਕੁੜੀਆਂ ਵਾਲੇ ਰਾਹ ਖੁੱਲ੍ਹਣੇ ਬੜੇ ਸੌਖੇ ਹੋ ਜਾਂਦੇ ਆ। ਜਿੰਨੇ ਸ਼ੋਰਟ ਟਾਈਮ 'ਚ ਇੱਦਾਂ ਕੋਈ ਵੀ ਕੁੜੀ ਹੋਵੇ, ਮੁੰਡਾ ਹੋਵੇ ਕੰਮ ਕਰਨਾ, ਉਹਨਾਂ ਦਾ ਸਟੈਂਡ ਨਹੀਂ ਹੁੰਦੇ, ਬੇਸ ਨਹੀਂ ਹੁੰਦੇ, ਉਹ ਫਿਰ ਬਹੁਤ ਥੋੜ੍ਹਾ ਜਿਹਾ ਸਮਾਂ ਹੀ ਉਹ ਲੰਬਾ ਟਾਈਮ ਨਹੀਂ ਚੱਲਦਾ ਕੁੜੀਆਂ ਨੂੰ ਘੁਮਾਉਣਾ, ਰਿਲੇਸ਼ਨ ਹੋਣ ਦੇ ਬਾਵਜੂਦ ਵੀ ਅੰਦਰ ਖਾਤੇ ਸੈਟਿੰਗਾਂ ਕਰਨੀਆਂ, ਹੈ ਨਾ, ਵੀ ਕਿਉਂਕਿ ਹੁੰਦਾ ਹੈ ਬੋਲੀਵੁੱਡ 'ਚ ਤਾਂ ਬਹੁਤ ਹੁੰਦਾ ਇੱਦਾਂ। ਹਾਂਜੀ, ਉਹ ਤਾਂ ਨਿੱਤ ਨਵੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਜਿਵੇਂ ਸੈਕਸ ਰੈਕਟ ਨੂੰ ਲੈ ਕੇ ਬੋਲ ਲਈਏ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਬੋਲ ਲਈਏ। ਆਪਣੇ ਇੱਥੇ ਕੁਛ ਇੱਦਾਂ ਤੁਹਾਨੂੰ ਲੱਗਦਾ ਹੈ ਕਿ ਬਈ ਚੀਜ਼ਾਂ ਹੁੰਦੀਆਂ, ਪਰ ਸਾਰੇ ਲੋਕ ਨਹੀਂ ਆਪਾਂ ਇੱਕੋ ਤੱਕੜੀ 'ਚ ਤੋਲ ਸਕਦੇ ਨਾ। ਬਹੁਤ ਬਹੁਤ ਚੰਗੇ ਲੋਕ ਆ, ਕਿਉਂਕਿ ਕਈਆਂ ਕੁੜੀਆਂ ਦੀਆਂ ਬਹੁਤ ਸਾਰੀਆਂ ਦੀ ਇੰਟਰਵਿਊ ਆਪਾਂ ਸੁਣੀਆਂ, ਕਈ ਨਾਮਵਰ ਚਿਹਰਿਆਂ ਦੀਆਂ ਵੀ ਆਪਾਂ ਵੇਹਨੇ ਆ ਵੀ ਸਾਨੂੰ ਇਹ ਚੀਜ਼ਾਂ ਨੂੰ ਕਦੀ ਫੇਸ ਕਰਨਾ ਪਿਆ ਵੀ ਹੈ, ਨਹੀਂ ਵੀ ਕਿਹਾ, ਕਈ ਨੇ ਸਾਨੂੰ ਫਿਲਮ ਚੋਂ ਬਾਹਰ ਕਰਤਾ ਇਹਨਾਂ ਚੀਜ਼ਾਂ ਲਈ ਵੀ ਅਸੀਂ ਨਹੀਂ ਐਗਰੀ। ਕਿਉਂਕਿ ਮੈਂ ਸੁਣਿਆ ਮੇਰੇ ਨੌਲੇਜ 'ਚ ਨਾ 2-4 ਲੋਕ ਇੱਦਾਂ ਮੈਨੂੰ ਸੁਣਨ ਨੂੰ ਮਿਲਿਆ ਸੀਗਾ ਕਿ ਜਿੱਦਾਂ ਕੁੜੀ ਨੇ ਆਡੀਸ਼ਨ ਦੇਣ ਬੁਲਾਇਆ, ਕਿਸੇ ਡਾਇਰੈਕਟਰ ਜਾਂ ਪ੍ਰੋਡਿਊਸਰ ਨੇ ਆਡੀਸ਼ਨ ਦੇਣ ਬੁਲਾਇਆ, ਉਹਨਾਂ ਨੇ ਕਿਹਾ ਵੀ ਹਾਂ ਵੀ ਤੁਸੀਂ ਦੱਸੋ ਕੀ ਕੀਤਾ ਹੋਇਆ। ਉਹ ਕਹਿੰਦੇ ਮੈਂ ਕੰਮ ਤਾਂ ਕੋਈ ਨਹੀਂ ਕੀਤਾ, ਪਰ ਤੂੰ ਸੋਹਣੀ ਸੁਨੱਖੀਆਂ, ਤੂੰ ਕੋਈ ਨਾ, ਤੂੰ ਆ ਜਾ। ਮਤਲਬ ਤੁਸੀਂ ਤੁਸੀਂ ਆ ਥੋੜੇ ਤੁਹਾਡੇ ਕੋਲ ਮੈਂ ਨਾ ਇਹ ਹਿਸਾਬ ਲਾਉਣਾ, ਇਹ ਭਾਜੀ ਇਕੱਲੀ ਫਿਲਮ ਲਾਈਨ ਦੀ ਨਹੀਂ ਗੱਲ, ਹਾਂ ਇਹ ਹਰ ਚੀਜ਼ 'ਚ ਮਤਲਬ ਜਿੱਦਾਂ ਮਤਲਬ ਤੁਸੀਂ ਡਾਕਟਰੀ ਲਾਈਨ ਲਾ ਲਓ, ਮਤਲਬ ਕੋਈ ਜਿੱਦਾਂ ਕੰਪਨੀਆਂ 'ਚ ਕੰਮ ਕਰਦੀਆਂ ਕੁੜੀਆਂ ਮੁੰਡੇ, ਮਤਲਬ ਇਹ ਤਾਂ ਸਾਹਮਣੇ ਤਾਂ ਡਿਪੈਂਡ ਕਰਦਾ ਭਾਜੀ ਵੀ ਉਹਦੀ ਨੇਚਰ ਕਿੱਦਾਂ ਦੀ ਹੈ। ਬਹੁਤ ਬਹੁਤ ਚੰਗੇ ਲੋਕ ਵੀ ਹੈਗੇ ਆ ਅਤੇ ਕਈ ਵਾਰ ਸੁਣੀਦਾ ਆ ਜਾਂ ਫਿਲਮਾਂ ਮੈਂ ਤਾਂ ਗੱਲ ਛੇੜੀ ਕਿਉਂਕਿ ਨਾ ਕਈਆਂ ਦੇ, ਕਿਉਂਕਿ ਇੱਕ ਫੇਮ ਆ ਨਾ, ਜਿਹੜਾ ਫੇਮ ਯਾਰ ਬਾਈ ਤੁਸੀਂ ਤੁਹਾਨੂੰ ਪਤਾ ਹੀ ਹੋਣਾ, ਇਹ ਜਿਹਦਾ ਫੇਮ ਆ ਨਾ ਉਹ ਬੜਿਆਂ ਦੇ ਭੂਤ ਸਵਾਰ ਰਹਿੰਦਾ ਫੇਮ ਦਾ, ਕਿ ਅਸੀਂ ਸਾਡੀ ਪਛਾਣ ਬਣ ਜਾਈਏ, ਅਸੀਂ ਫੇਮਸ ਹੋ ਜਾਈਏ। ਫੇਮਸ ਹੋਣ ਦੇ ਚੱਕਰ 'ਚ ਜਿਹੜਾ ਕਲਾਕਾਰ ਨਹੀਂ ਹੁੰਦਾ ਨਾ ਉਹ ਵੀ ਕਲਾਕਾਰ ਬਣ ਜਾਂਦਾ। ਇਹ ਤਾਂ ਭਾਜੀ ਜਿਹੜਾ ਇੱਦਾਂ ਦੇ ਤਰੀਕੇ ਅਪਣਾਉਣੇ ਨਹੀਂ ਚਾਹੀਦੇ, ਇਹ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਬਹੁਤਾ ਚਿਰ ਟਿਕਦੀਆਂ ਨਹੀਂ, ਇੰਡਸਟਰੀ ਨੂੰ ਬਦਨਾਮ ਕਰਨ ਦਿੰਦੀਆਂ ਹੁੰਦੀਆਂ। ਸੋ ਤਾਂ ਕਰਕੇ ਇਹ ਵੇਖੋ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਮੇਰੀ 15 ਸਾਲ ਦੀ ਮਿਹਨਤ ਲੱਗੀ ਆ, ਹੁਣ ਸਪੋਜ ਤੁਸੀਂ ਸ਼ੌਂਕੀਆ ਤੌਰ 'ਤੇ ਕੰਮ ਕਰਨਾ ਇਹ ਜੇ, ਹੈ ਨਾ, ਤੁਸੀਂ ਕੋਈ ਵੀ ਤਰੀਕਾ ਅਪਣਾ ਲਓਗੇ ਵੀ ਤੁਸੀਂ, ਤੁਹਾਨੂੰ ਹੀ ਸ਼ੌਂਕ ਆ ਵੀ, ਮਤਲਬ ਤੁਹਾਡਾ ਕੋਈ ਪ੍ਰੋਪਰ ਪ੍ਰੋਫੈਸ਼ਨ ਨਹੀਂ ਆ ਵੀ ਤੁਸੀਂ ਆਪਣੀ ਜੋਬ ਕਰ ਰਹੇ ਜੇ, ਕੋਈ ਕੰਮ ਕਰ ਰਹੇ ਜੇ, ਬਿਜ਼ਨਸ ਕਰ ਰਹੇ, ਤੁਸੀਂ ਸ਼ੌਂਕੀਆ ਦੇ ਤੌਰ 'ਤੇ ਹੀ ਆ, ਹੈ ਨਾ, ਅਤੇ ਉਹ ਕਰ ਸਕਦਾ ਇਤਨਾ। ਪਰ ਜਿੰਨੇ ਜਿਹੜਾ ਲੰਮੀ ਰੇਸ ਦਾ ਘੋੜਾ ਆ ਨਾ, ਜਿਹੜਾ ਅਸਲ 'ਚ ਕਲਾਕਾਰ ਆ, ਅਸਲ 'ਚ ਕਲਾਕਾਰ, ਉਹਨੂੰ ਆਪਣਾ ਬੇਸ ਬਣਾਉਣਾ ਪੈਣਾ ਵੀ ਮੈਂ ਖਲੋਣਾ ਕਿੱਥੇ ਆ, ਵੀ ਖਲੋਣ ਨੂੰ ਇੱਕ ਪ੍ਰੋਪਰ ਹੋਣਾ ਤਾਂ ਚਾਹੀਦਾ ਨਾ ਵੀ ਮੈਂ ਇਸ ਸਟੇਜ 'ਤੇ ਖਲੋਤਾ ਆ, ਇੱਥੇ ਖਲੋਤਾ ਆ, ਬੇਸ ਪੱਕਾ ਹੋਊਗਾ ਤਾਂ ਫਿਰ ਭਾਜੀ ਲਾਈਫ ਟਾਈਮ ਖਲੋਤੇ ਰਹੋਗੇ। ਅਤੇ ਜੇ ਤੁਹਾਡਾ ਬੇਸ ਹੀ ਨਹੀਂ ਹੈਗਾ ਥੱਲੇ ਤਾਂ ਖਲੋਣਾ ਕਰਤੇ ਆ। ਅਤੇ ਜਿੰਨੇ ਸ਼ੋਰਟ ਟਾਈਮ 'ਚ ਇੱਦਾਂ ਕੋਈ ਵੀ ਕੁੜੀ ਹੋਵੇ, ਮੁੰਡਾ ਹੋਵੇ ਕੰਮ ਕਰਨਾ, ਉਹਨਾਂ ਦਾ ਸਟੈਂਡ ਨਹੀਂ ਹੁੰਦੇ, ਬੇਸ ਨਹੀਂ ਹੁੰਦੇ, ਉਹ ਫਿਰ ਬਹੁਤ ਥੋੜ੍ਹਾ ਜਿਹਾ ਸਮਾਂ ਹੀ ਉਹ ਲੰਬਾ ਟਾਈਮ ਨਹੀਂ ਚੱਲਦਾ। ਜਦੋਂ ਅਸੀਂ ਕਲਾਕਾਰ ਬਣ ਜਾਂਦੇ ਹਾਂ ਨਾ, ਇੰਡਸਟਰੀ 'ਚ ਬਥੇਰੀ ਵਾਰੀ ਚੀਜ਼ਾਂ ਇੱਦਾਂ ਹੁੰਦੀਆਂ ਵੀ ਕੁਛ ਕਲਾਕਾਰ ਵਾਸਤੇ ਕੁੜੀਆਂ ਵਾਲੇ ਰਾਹ ਖੁੱਲ੍ਹਣੇ ਬੜੇ ਸੌਖੇ ਹੋ ਜਾਂਦੇ ਆ। ਜਿੰਨੇ ਸ਼ੋਰਟ ਟਾਈਮ 'ਚ ਇੱਦਾਂ ਕੋਈ ਵੀ ਕੁੜੀ ਹੋਵੇ, ਮੁੰਡਾ ਹੋਵੇ ਕੰਮ ਕਰਨਾ, ਉਹਨਾਂ ਦਾ ਸਟੈਂਡ ਨਹੀਂ ਹੁੰਦੇ, ਬੇਸ ਨਹੀਂ ਹੁੰਦੇ, ਉਹ ਫਿਰ ਬਹੁਤ ਥੋੜ੍ਹਾ ਜਿਹਾ ਸਮਾਂ ਹੀ ਉਹ ਲੰਬਾ ਟਾਈਮ ਨਹੀਂ ਚੱਲਦਾ ਕੁੜੀਆਂ ਨੂੰ ਘੁਮਾਉਣਾ, ਰਿਲੇਸ਼ਨ ਹੋਣ ਦੇ ਬਾਵਜੂਦ ਵੀ ਅੰਦਰ ਖਾਤੇ ਸੈਟਿੰਗਾਂ ਕਰਨੀਆਂ, ਹੈ ਨਾ, ਵੀ ਕਿਉਂਕਿ ਹੁੰਦਾ ਹੈ ਬੋਲੀਵੁੱਡ 'ਚ ਤਾਂ ਬਹੁਤ ਹੁੰਦਾ ਇੱਦਾਂ। ਹਾਂਜੀ, ਉਹ ਤਾਂ ਨਿੱਤ ਨਵੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਜਿਵੇਂ ਸੈਕਸ ਰੈਕਟ ਨੂੰ ਲੈ ਕੇ ਬੋਲ ਲਈਏ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਬੋਲ ਲਈਏ। ਆਪਣੇ ਇੱਥੇ ਕੁਛ ਇੱਦਾਂ ਤੁਹਾਨੂੰ ਲੱਗਦਾ ਹੈ ਕਿ ਬਈ ਚੀਜ਼ਾਂ ਹੁੰਦੀਆਂ, ਪਰ ਸਾਰੇ ਲੋਕ ਨਹੀਂ ਆਪਾਂ ਇੱਕੋ ਤੱਕੜੀ 'ਚ ਤੋਲ ਸਕਦੇ ਨਾ। ਬਹੁਤ ਬਹੁਤ ਚੰਗੇ ਲੋਕ ਆ, ਕਿਉਂਕਿ ਕਈਆਂ ਕੁੜੀਆਂ ਦੀਆਂ ਬਹੁਤ ਸਾਰੀਆਂ ਦੀ ਇੰਟਰਵਿਊ ਆਪਾਂ ਸੁਣੀਆਂ, ਕਈ ਨਾਮਵਰ ਚਿਹਰਿਆਂ ਦੀਆਂ ਵੀ ਆਪਾਂ ਵੇਹਨੇ ਆ ਵੀ ਸਾਨੂੰ ਇਹ ਚੀਜ਼ਾਂ ਨੂੰ ਕਦੀ ਫੇਸ ਕਰਨਾ ਪਿਆ ਵੀ ਹੈ, ਨਹੀਂ ਵੀ ਕਿਹਾ, ਕਈ ਨੇ ਸਾਨੂੰ ਫਿਲਮ ਚੋਂ ਬਾਹਰ ਕਰਤਾ ਇਹਨਾਂ ਚੀਜ਼ਾਂ ਲਈ ਵੀ ਅਸੀਂ ਨਹੀਂ ਐਗਰੀ। ਕਿਉਂਕਿ ਮੈਂ ਸੁਣਿਆ ਮੇਰੇ ਨੌਲੇਜ 'ਚ ਨਾ 2-4 ਲੋਕ ਇੱਦਾਂ ਮੈਨੂੰ ਸੁਣਨ ਨੂੰ ਮਿਲਿਆ ਸੀਗਾ ਕਿ ਜਿੱਦਾਂ ਕੁੜੀ ਨੇ ਆਡੀਸ਼ਨ
ਦੇਣ ਬੁਲਾਇਆ ਕਿਸੇ ਡਾਇਰੈਕਟਰ ਜਾਂ ਪ੍ਰੋਡਿਊਸਰ ਨੇ ਆਡੀਸ਼ਨ ਦੇਣ ਬੁਲਾਇਆ, ਉਹਨਾਂ ਨੇ ਕਿਹਾ ਵੀ ਹਾਂ ਵੀ ਤੁਸੀਂ ਦੱਸੋ ਕੀ ਕੀਤਾ ਹੋਇਆ, ਉਹ ਕਹਿੰਦੇ ਮੈਂ ਕੰਮ ਤਾਂ ਕੋਈ ਨਹੀਂ ਕੀਤਾ ਪਰ ਤੂੰ ਸੋਹਣੀ ਸੁਨੱਖੀਆਂ ਤੂੰ ਕੋਈ ਨਾ ਤੂੰ ਆ ਜਾ, ਮਤਲਬ ਤੁਸੀਂ ਤੁਸੀਂ ਇਹ ਥੋੜ੍ਹੇ ਤੁਹਾਡੇ ਕੋਲ ਮੈਂ ਨਾ ਇਹ ਹਿਸਾਬ ਲਾਉਣਾ ਇਹ ਭਾਅ ਜੀ ਕਿ ਇਕੱਲੀ ਫਿਲਮ ਲਾਈਨ ਦੀ ਨਹੀਂ ਗੱਲ, ਹਾਂ ਇਹ ਹਰ ਚੀਜ਼ 'ਚ ਮਤਲਬ ਚੀਜ਼ ਦਾ ਮਤਲਬ ਤੁਸੀਂ ਡਾਕਟਰੀ ਲਾਈਨ ਲਾ ਲਓ, ਹਾਂ ਮਤਲਬ ਕੋਈ ਜਿੱਦਾਂ ਕੰਪਨੀਆਂ 'ਚ ਕੰਮ ਕਰਦੀਆਂ ਕੁੜੀਆਂ ਮੁੰਡੇ, ਮਤਲਬ ਇਹ ਤੇ ਸਾਹਮਣੇ ਤੇ ਡਿਪੈਂਡ ਕਰਦਾ ਭਾਅ ਜੀ ਵੀ ਉਹਦੀ ਨੇਚਰ ਕਿੱਦਾਂ ਦੀ ਹੈ, ਬਹੁਤ ਬਹੁਤ ਚੰਗੇ ਲੋਕ ਵੀ ਹੈਗੇ ਆ ਤੇ ਕਈ ਵਾਰ ਸੁਣੀਦਾ ਆ ਜਾਂ ਫਿਲਮਾਂ ਨਾਲ, ਤਾਂ ਫਿਲਮਾਂ ਨਾਲ ਮੈਂ ਤਾਂ ਗੱਲ ਛੇੜੀ ਕਿਉਂਕਿ ਨਾ ਕਈਆਂ ਦੇ, ਕਿਉਂਕਿ ਫੇਮ ਆ ਨਾ ਜਿਹੜਾ ਫੇਮ ਯਾਰ ਬਾਈ ਤੁਸੀਂ ਤੁਹਾਨੂੰ ਪਤਾ ਹੀ ਹੋਣਾ ਇਹ ਚੀਜ਼ ਦਾ, ਫੇਮ ਆ ਨਾ ਉਹ ਬੜਿਆਂ ਦੇ ਭੂਤ ਸਵਾਰ ਰਹਿੰਦਾ ਫੇਮ ਦਾ ਕਿ ਅਸੀਂ ਸਾਡੀ ਪਛਾਣ ਬਣ ਜਾਈਏ, ਅਸੀਂ ਫੇਮਸ ਹੋ ਜਾਈਏ, ਫੇਮਸ ਹੋਣ ਦੇ ਚੱਕਰ 'ਚ ਜਿਹੜਾ ਕਲਾਕਾਰ ਨਹੀਂ ਹੁੰਦਾ ਨਾ ਉਹ ਵੀ ਕਲਾਕਾਰ ਬਣ ਜਾਂਦਾ। ਇਹ ਤੇ ਭਾਅ ਜੀ ਜਿਹੜਾ ਇੱਦਾਂ ਦੇ ਤਰੀਕੇ ਅਪਣਾਉਣੇ ਨਹੀਂ ਚਾਹੀਦੇ, ਇਹ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਬਹੁਤਾ ਚਿਰ ਟਿਕਦੀਆਂ ਨਹੀਂ, ਇੰਡਸਟਰੀ ਨੂੰ ਬਦਨਾਮ ਕਰਨ ਦਿੰਦੀਆਂ ਹੁੰਦੀਆਂ। ਸੋ ਤਾਂ ਕਰਕੇ ਇਹ ਵੇਖੋ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਮੇਰੀ 15 ਸਾਲ ਦੀ ਮਿਹਨਤ ਲੱਗੀ ਆ, ਹੁਣ ਸਪੋਜ ਤੁਸੀਂ ਤੁਸੀਂ ਸ਼ੌਂਕੀਆ ਤੌਰ 'ਤੇ ਕੰਮ ਕਰਨਾ ਇਹ ਜੇ ਹੈ ਨਾ, ਤੁਸੀਂ ਕੋਈ ਵੀ ਤਰੀਕਾ ਅਪਣਾ ਲਓਗੇ ਵੀ ਤੁਸੀਂ ਤੁਹਾਨੂੰ ਸ਼ੌਂਕ ਆ, ਵੀ ਮਤਲਬ ਤੁਹਾਡਾ ਕੋਈ ਪ੍ਰੋਪਰ ਪ੍ਰੋਫੈਸ਼ਨ ਨਹੀਂ ਆ ਵੀ ਤੁਸੀਂ ਆਪਣੀ ਜੋਬ ਕਰ ਰਹੇ ਜੇ ਕੋਈ ਕੰਮ ਕਰ ਰਹੇ ਜੇ ਬਿਜ਼ਨਸ ਕਰ ਰਹੇ, ਤੁਸੀਂ ਸ਼ੌਂਕੀਆ ਦੇ ਤੌਰ 'ਤੇ ਹੀ ਆ ਹੈ ਨਾ, ਅਤੇ ਉਹ ਕਰ ਸਕਦਾ ਇਸ ਤਰ੍ਹਾਂ। ਪਰ ਜਿੰਨੇ ਜਿਹੜਾ ਲੰਮੀ ਰੇਸ ਦਾ ਘੋੜਾ ਆ ਨਾ, ਜਿਹੜਾ ਅਸਲ 'ਚ ਕਲਾਕਾਰ ਆ, ਅਸਲ 'ਚ ਕਲਾਕਾਰ, ਉਹਨੂੰ ਆਪਣਾ ਬੇਸ ਬਣਾਉਣਾ ਪੈਣਾ ਵੀ ਮੈਂ ਖਲੋਣਾ ਕਿੱਥੇ ਆ, ਵੀ ਖਲੋਣ ਨੂੰ ਇੱਕ ਪ੍ਰੋਪਰ ਹੋਣਾ ਤਾਂ ਚਾਹੀਦਾ ਨਾ ਵੀ ਮੈਂ ਸਟੇਜ 'ਤੇ ਖਲੋਤਾ ਆ, ਇੱਥੇ ਖਲੋਤਾ ਆ, ਬੇਸ ਪੱਕਾ ਹੋਊਗਾ ਤਾਂ ਫਿਰ ਭਾਅ ਜੀ ਲਾਈਫ ਟਾਈਮ ਖਲੋਤੇ ਰਹੋਗੇ, ਅਤੇ ਜੇ ਤੁਹਾਡਾ ਬੇਸ ਹੀ ਨਹੀਂ ਹੈਗਾ ਥੱਲੇ ਤਾਂ ਖਲੋਣਾ ਕਰਤੇ ਆ। ਅਤੇ ਜਿੰਨੇ ਸ਼ੋਰਟ ਟਾਈਮ 'ਚ ਇੱਦਾਂ ਕੋਈ ਵੀ ਕੁੜੀ ਹੋਵੇ ਮੁੰਡਾ ਹੋਵੇ ਕੰਮ ਕਰਨਾ, ਉਹਨਾਂ ਦਾ ਸਟੈਂਡ ਨਹੀਂ ਹੁੰਦੇ, ਬੇਸ ਨਹੀਂ ਹੁੰਦੇ, ਉਹ ਫਿਰ ਬਹੁਤ ਥੋੜ੍ਹਾ ਜਿਹਾ ਸਮਾਂ ਹੀ ਉਹ ਲੰਮਾ ਟਾਈਮ ਨਹੀਂ ਚੱਲ ਪਾਉਂਦੇ।